ਤੁਹਾਨੂੰ ਫੇਰਵਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋਸੱਚ ਵਿੱਚ ਜੀ ਡਾਕਟਰ ਸਾਹਿਬ ਸਾਡੀ ਅਗਲੀ ਲਿਖਤ ਆਈ ਹੈ ਮੇਗਰਾ ਸਿੰਘ ਜੀ ਦੀ ਇਹ ਲਿਖਦੇ ਹਨ ਮੁਰਦਾ ਜ਼ਮੀਰ ਨੂੰ ਜ਼ਿੰਦਾ ਕਰਨ ਵਾਲੇ ਦਿਲਾਂ ਦੀ ਧੜਕਣ ਸਤਕਾਰ ਜੋ ਡਾਕਟਰ ਅਮਰਜੀਤ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਡਾਕਟਰ ਸਾਹਿਬ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਮੋਦੀ ਸਰਕਾਰ ਉਰਫ ਆਰਐਸਐਸ ਸਰਕਾਰ ਨੇ ਆਪਣੀ ਗੰਦੀ ਰਾਜਨੀਤੀ ਦੇ ਤਹਿਤ ਸੇਕ ਕੌਮ ਨੂੰ ਚਾਰ ਬਹੁਤ ਵੱਡੇ ਝਟਕੇ ਦਿੱਤੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਹੈ ਭਾਈ ਗੁਰਵਕ ਸਿੰਘ ਜੀ ਦੀ ਪੁਖੜਤਾਲ ਕਰਵਾਉਣੀ ਦੂਜਾ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਤੋਂ ਵਾਪਸ ਇੰਡੀਆ ਲਿਆਉਣਾ ਤੀਸਰਾ ਸੌਦਾ ਸਾਧ ਗਦੇ ਦੀ ਫਿਲਮ ਨੂੰ ਹਰੀ ਚੰਡੀ ਦੇਣਾ ਚੌਥਾ ਜਥੇਦਾਰ ਬਲਵੰਤ ਸਿੰਘ ਨੰਨਗੜ੍ਹ ਨੂੰ ਜਥੇਦਾਰੀ ਤੋਂ ਹਟਾਉਣਾ ਆ ਡਾਕਟਰ ਸਾਹਿਬ ਜੀ ਇਹ ਚਾਰ ਛਟਕੇ ਲੱਗਣ ਤੋਂ ਬਾਅਦ ਸੇਕ ਕੌਮ ਥੋੜੀ ਜਹੀ ਮਾਇੂਸ ਹੋਈ ਹੈ ਔਰ ਅਸੀਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਉਹ ਨੌਜਵਾਨ ਵੀਰ ਜਿਹੜੇ ਕੇ ਭਾਈ ਗੁਰਬਖ ਸਿੰਘ ਜੀ ਦੇ ਸੰਘਰਸ਼ ਨਾਲ ਜੁੜੇ ਸੀ ਉਹ ਵੀਰ ਮਾਇੂਸ ਨਾ ਹੋਣ ਕਿਉਂਕਿ ਸੇਕ ਕੌਮ ਇੱਕ ਬਹਾਦਰੀ ਤੇ ਇੱਕ ਮਹਾਨਦਰ ਤੇ ਦਲੇਰ ਕੌਮ ਹੈ ਇਸ ਲਈ ਮਾਇੂਸ ਹੋਣ ਦੀ ਕੋਈ ਲੋੜ ਨਹੀਂ ਹੈ ਔਰ ਸਾਨੂੰ ਆਪਣੇ ਸਤਿਗੁਰੂ ਤੇ ਪੂਰਾ ਭਰੋਸਾ ਹੈ ਆਪਣੇ ਵੀਰ ਪੈਨਾ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਤੁਸੀਂ ਆਪਣੇ ਦੇਸ਼ ਖਾਲਸਾਣ ਵਿੱਚ ਜਲਦ ਹੀ ਸੁਖ ਦਾ ਸਾਲ ਲਵੋਗੇ ਕਿਉਂਕਿ ਅੱਜ ਸੇ ਕੌਮ ਦੇ ਲਈ ਅੰਧੇਰੀ ਰਾਤ ਹੈ ਔਰ ਅੰਧੇਰੀ ਰਾਤ ਤੋਂ ਬਾਅਦ ਸਵੇਰਾ ਹੀ ਆਉਂਦਾ ਹੈ ਬਸ ਤੁਸੀਂ ਆਪਣੇ ਸਤਿਗੁਰੂ ਅਗੇ ਅਰਦਾਸ ਕਰਕੇ ਆਪਣੇ ਸੰਘਰਸ਼ ਜਾਰੀ ਰੱਖੋ ਡਾਕਟਰ ਸਾਹਿਬ ਅੱਜ ਇਸ ਗੰਦੀ ਆਰਐਸਐਸ ਨੇ ਇਸੇ ਕੌਮ ਅੰਦਰ ਕੁਸ ਕੇ ਸੇਕ ਕੌਮ ਨੂੰ ਖੇਰੂ-ਖੇਰੂ ਕਰ ਦਿੱਤਾ ਹੈ ਜਿਸ ਦਾ ਨਤੀਜਾ ਅੱਜ ਇਹ ਨਿਕਲਿਆ ਹੈ ਕਿ 150 ਐਸਜੀਪੀਸੀ ਦੇ ਮੈਂਬਰਾਂ ਨੇ ਆਰਐਸਐਸ ਦੀਆਂ ਜੁੱਤੀਆਂ ਚਟਕੇ ਸਾਈਨ ਕੀਤੇ ਔਰ ਜਥੇਦਾਰ ਨੰਨਗੜ੍ਹ ਨੂੰ ਜਥੇਦਾਰੂ ਤੋਂ ਹਟਾ ਦਿੱਤਾ ਔਰ ਇਹਨਾਂ ਐਸਜੀਪੀਸੀ ਮੈਂਬਰਾਂ ਨੇ ਸੇਕ ਕੌਮ ਨੂੰ ਇਹ ਦੱਸ ਦਿੱਤਾ ਕਿ ਅਸੀਂ ਤਾਂ ਆਰਐਸਐਸ ਦੀਆਂ ਜੁੱਤੀਆਂ ਥੱਲੇ ਰਹਿਣਾ ਹੈ ਔਰ ਆਰਐਸਐਸ ਦੀਆਂ ਜੁੱਤੀਆਂ ਹੀ ਚਟਨੀਆਂ ਹਨ ਸਾਡਾ ਸੇਕ ਕੌਮ ਨਾਲ ਕੋਈ ਲਾਗਾ ਦੇਗਾ ਨਹੀਂ ਹੈ ਔਰ ਡਾਕਟਰ ਸਾਹਿਬ ਜੀ ਇੱਕ ਪਾਸੇ ਆਰਐਸਐਸ ਇਹ ਸੋਚਦੀ ਹੈ ਕਿ ਇੱਕਦਮ ਚਾਰ ਛੜ ਕੇ ਦੇ ਕੇ بڑا تیر ਮਾਰਤਾ ਪਰ ਅਸੀਂ ਆਰਐਸਐਸ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਵੇਂ ਤੁਸੀਂ ਅੱਜ ਸੇ ਕੌਮ ਨੂੰ ਚਾਰ ਛੜ ਕੇ ਦਿੱਤੇ ਹਨ ਅੱਗੇ ਭਾਵੇਂ 4000 ਹੋਣ ਔਰ ਭਾਵੇਂ 4 ਲੱਖ ਜਾਂ 4 ਕਰੋੜ ਛੜ ਕੇ ਦੇ ਲਵੋ ਪਰ ਸੇ ਕੌਮ ਨੇ ਦੇਖ ਕੇ ਫਿਰ ਖੜੇ ਹੋ ਜਾਣਾ ਹੈ ਪਰ ਤੁਸੀਂ ਯਾਦ ਰੱਖਿਓ ਕਿ ਜਿਸ ਦਿਨ ਸੇ ਕੌਮ ਨੇ ਇੱਕ ਹੀ ਆਰਐਸਐਸ ਸਰਕਾਰ ਨੂੰ ਝਟਕਾ ਦਿੱਤਾ ਉਸ ਦਿਨ ਤੁਹਾਡਾ RAM ਨਾਮ ਸੱਤਿਆ ਹੋ ਜਾਣਾ ਹੈ ਇਹ ਨਿਸ਼ਚੇਵਾਚਕ ਸੱਚ ਹੈ ਫਿਰ ਉਸ ਤੋਂ ਬਾਅਦ ਤੁਹਾਡੀਆਂ ਹਸਤੀਆਂ ਗੰਗਾ ਵਿੱਚ ਪਰਵਾਹ ਕੇ ਅਕਾਲਪੁਰਖ ਦੀ ਬਖਸ਼ਿਸ਼ ਨਾਲ ਖਾਲਸਾਤਨ ਬਣਾਵਾਂਗੇ ਜੋ ਕਿ 101% ਨਿਸ਼ਚੇਵਾਚਕ ਸੱਚ ਹੈ ਸਾਡੀ ਸਾਰੀ ਸਿੱਖ ਕੌਮ ਦੀ ਜਿੰਦ ਅਤੇ ਜਾਨ ਖਾਲਸਾਤਨ ਜਿੰਦਾਬਾਦ ਜੀ ਜਿੰਦਾਬਾਦ ਜਿੰਦਾਬਾਦ ਮੈਂ ਸਮਝਦਾ ਹੂ ਇਹ ਮੇਗ ਰਾਜ ਸਿੰਘ ਸਾਨੂੰ ਕਹਿੰਦੇ ਨੇ ਦਿਲਾਂ ਦੀ ਧੜਕਣ ਨੂੰ ਤੇ ਜ਼ਿੰਦਾ ਕਰਨ ਵਾਲੇ ਇਹਨਾਂ ਦੀ ਲਿਖਤ ਜਿਹੜੀ ਹੈ ਉਹ ਮੁਰਦਿਆਂ ਚ ਜਾਨ ਪਾਉਣ ਵਾਲੀ ਮੁਰਦਿਆਂ ਚ ਜਾਨ ਪਾਉਣ ਵਾਲੀ ਜੀ ਬਿਲਕੁਲ ਔਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਸਾਡੇ ਵੀਰ ਪਾਣਾ ਲਗਾਤਾਰਤਾ ਨਾਲ ਸਾਡੇ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਨੇ ਉਹਨਾਂ ਦੇ ਵਿਚਾਰਾਂ ਚ ਵੀ ਨਖਾਰ ਹੈ ਉਹਨਾਂ ਦੀ ਲਿਖਣ ਕਲਾ ਦੇ ਵਿੱਚ ਵੀ ਬਹੁਤ ਇੰਪਰੂਵਮੈਂਟ ਹੈ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਦਾ ਫੋਕਸ ਜਿਹੜਾ ਹੈ ਕਿ ਵੀ ਅਲਟੀਮੇਟਲੀ ਕੀ ਸਾਡਾ ਨਿਸ਼ਾਨਾ ਹੈ ਜਿਹਦੇ ਆਉਣ ਨਾਲ ਸਾਰਾ ਖੁਸ਼ੀ ਆਪਣੇ ਆਪ ਆ ਜਾਂਦੇ ਜੀ ਕੌਮੀਕਰ ਖਾਲਸਤਾਨ ਇਸ ਪ੍ਰਤੀ ਵੀਰ ਮੇਗਰਾਜ ਸਿੰਘ ਉਹਨਾਂ ਦੀ ਇਹ ਲਿਖਤ ਬੜੀ ਚੜ੍ਹਦੀ ਕਲਾ ਵਾਲੀ ਹੈ ਉਹਨਾਂ ਨੇ ਕਨਕਲੂਡ ਹੀ ਇਹ ਕੀਤਾ ਹੈ ਕਿ ਭਾਈ ਛਟਕੇ 4 4000 4 ਲੱਖ 4 ਕਰੋੜ ਅਸੀਂ ਫੇਰ ਡਿੱਗੇ ਉਠਾਂਗੇ ਔਰ ਸਾਡਾ ਇੱਕੋ ਝਟਕਾ ਨਹੀਂ ਇਹਨਾਂ ਤੋਂ ਸਿਆ ਜਾਣਾ ਤੇ ਰਾਮਨਾਮ ਸਤ ਕਰਕੇ ਗੰਗਾ 'ਚ ਇਹਨਾਂ ਦੇ ਹਸਪਾ ਦੇਣੇ ਨੇ ਜੀ ਸੋ ਨਹੀਂ ਇਹਨਾਂ ਤੁਸੀਂ ਚਕਾ ਕੇ ਭੇਜਾਂਗੇ ਗੰਗਾ ਅਸੀਂ ਨਹੀਂ ਪਾਉਣ ਜਾਣਾ ਇਹਨੂੰ ਕਹਿਣਾ ਵੀ ਲੈ ਜਾਓ ਆਪਣੀਆਂ ਹੱਡੀਆਂ ਗੰਗਾ ਪਾਓ ਕੇ ਜਮਨਾ ਪਾਓ ਤੇ ਤੁਹਾਡੀ ਮਰਜ਼ੀ ਜੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇਹ ਜਿਹੜੀਆਂ ਚਾਰ ਡਵੈਲਪਮੈਂਟਸ ਬੜੇ ਸ਼ਾਰਟ ਸਪੈਨ ਦੇ ਵਿੱਚ ਹੋਈਆਂ ਉਹਨਾਂ ਨੇ ਇੱਕ ਵਾਰੀ ਉਤਸ਼ਾਹ ਵੀ ਪੈਦਾ ਕੀਤਾ ਜੀ ਜਿਵੇਂ ਭਾਈ ਗੁਰਬਖਸ਼ ਸਿੰਘ ਹੋਰਾਂ ਦਾ ਮੁੱਦਾ ਖਾਸ ਤੌਰ ਤੇ ਅ ਲਗਭਗ 2 ਮਹੀਨੇ ਦੇ ਸਮੇਂ ਚ ਇੱਕ ਇਲੈਕਟ੍ਰੀਫਾਈਂਗ ਇਫੈਕਟ ਵੀ ਸੀ ਪਮੇ ਲੇਟ ਸ਼ੁਰੂ ਹੋਇਆ ਯੰਗਰ ਜਨਰੇਸ਼ਨ ਵੀ ਹੋਈ ਔਰ ਫਿਰ ਜਿਵੇਂ ਤੁਸੀਂ ਜਨੇ ਉਤਸ਼ਾਹ ਨਾਲ ਉੱਪਰ ਨੂੰ ਜਾ ਰਹੇ ਹੁੰਦੇ ਹੋ ਜੇ ਕੁਝ ਐਸਾ ਵਾਪਰ ਜਾਂਦਾ ਤੇ ਫਿਰ ਤੁਸੀਂ 19 ਤੇਜ਼ੀ ਨਾਲ ਹੀ ਮਾਇੂਸ ਵੀ ਹੁੰਦੇ ਹੋ ਟਾਈਮਿੰਗ ਸ਼ਾਇਦ ਜਗਤਾਰ ਸਿੰਘ ਤਾਰੇ ਦੀ ਜਿਹੜੀ ਡਿਪੋਰਟੇਸ਼ਨ ਜਾਂ ਉਹਨਾਂ ਨੂੰ ਵਾਪਸ ਲਜਾਣ ਦੀ ਗੱਲ ਹੈ ਅ ਇਹ ਵੀ ਜੇ ਕੋਈ ਹਕੀਕਤ ਸਾਹਮਣੇ ਨਹੀਂ ਆਈ ਵੀ ਉਹ ਕਦੋਂ ਤੋਂ ਇਹਨਾਂ ਦੀ ਕਸਟਡੀ ਚ ਸੀ ਹੋ ਸਕਦਾ ਪਹਿਲਾਂ ਵੀ ਹੋਣ ਹੋ ਸਕਦਾ ਹੈ ਟਾਈਮ ਵੀ ਇਸ ਤਰੀਕੇ ਨਾਲ ਉਹਨਾਂ ਨੇ ਕੋਇਨਸਾਈਡ ਕੀਤਾ ਹੈ ਕਿ ਇਧਰੋਂ ਗੁਰਬਖਸ਼ ਸਿੰਘ ਹੋਰਾਂ ਵਾਲਾ ਕੰਮ ਮੁੱਕਿਆ ਤੇ ਉਧਰੋਂ ਹੀ ਨਾਲ ਇੱਕ ਮਾਈ ਯੂਸੀ ਸੀ ਉਹਦੇ ਨਾਲ ਜਿਹੜੀ ਹੈ ਦੂਸਰੀ ਵੀ ਲੱਗ ਗਈ ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਵੇਂ ਸੌਦਾ ਸਾਹ ਦੀ ਫਿਲਮ ਦਾ ਰਿਲੀਜ਼ ਟਾਈਮ ਹੈ ਔਰ ਹੁਣ ਤਾਂ ਇਹ ਸਾਹਮਣੇ ਆ ਕਿ ਸੈਂਸਰ ਬੋਰਡ ਨੇ ਤਾਂ ਰੋਕ ਦਿੱਤੀ ਸੀ ਉਹਦੇ 'ਚ ਫਿਰ ਵੀ ਕੋਈ ਇਮਾਨਦਾਰ ਉਹਦੀ ਬੀਬੀ ਚੇਅਰ ਪਰਸਨ ਜਾਂ ਦੂਜੇ ਸੀ ਪਰ ਇਹਨਾਂ ਨੇ ਕਿਵੇਂ ਉਸ ਤੋਂ ਉੱਤੇ ਟ੍ਰਿਬਿਊਨਲ ਰਾਹੀਂ ਹੋਮ ਮਿਨਿਸਟਰੀ ਨੇ ਉਹਦੀ ਕਲੀਅਰੈਂਸ ਕਰਵਾਈ ਔਰ ਉਹਨੂੰ ਲੁਵਾਇਆ ਸੋ ਜ਼ਾਹਰ ਹੈ ਵੀ ਇਹ ਪੰਜਾਬ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦੇ ਨਾਲ ਹੀ ਰੱਖਿਆ ਸੀ ਕਿ ਉਹਦੀ ਅਮਿਤ ਸ਼ਾਹ ਦੀ ਰੈਲੀ ਵੀ ਰੱਖੀ ਹੋਈ ਸੀ 22 ਦੀ ਅਕਾਲੀਆਂ ਦੇ ਖਿਲਾਫ ਕੈਂਪੇਨ ਸੀ ਸੋ ਜਦੋਂ ਤੁਸੀਂ ਇਹਨਾਂ ਸਾਰਿਆਂ ਦੀ ਟਾਈਮਿੰਗ ਦੇਖਦੇ ਹੋ ਇੱਕ ਔਰ ਦੂਸਰੇ ਦੇ ਨਾਲ ਫਿੱਟ ਹੋਣ ਚ ਤੇ ਇਹ ਉਹਨਾਂ ਨੇ ਤਿੰਨ ਚੈਪਟਰ ਤਾਂ ਇਹ ਜ਼ਾਹਰ ਹੈ ਕਿ ਵੀ ਇਹ ਉਹ ਟੋਕਿੰਗਾ ਦਾ ਖਾਲੀਆਂ ਨਾਲ ਤੋੜ ਵਿਛੋੜ ਹੋਣ ਜਾ ਰਿਹਾ ਸੀ ਉਹਦੇ ਨਾਲ ਹੀ ਟੈਗਡ ਸੀ ਜੀ ਔਰ ਲੇਕਨ ਜਦੋਂ ਕਿ ਇਹਨਾਂ ਦਾ ਮੁਰ ਸਮਝੌਤਾ ਹੋ ਗਿਆ ਬਾਦਲਕਿਆਂ ਨੂੰ ਜਿਹੜਾ ਉਹਨਾਂ ਨੇ ਮਜੀਠੀਆ ਦੀ ਟਰਾਂਸਫਰ ਮਜੀਠੀਆ ਨੂੰ ਇਨਵੈਸਟੀਗੇਟ ਕਰਨ ਵਾਲੇ ਨਰਿੰਦਰ ਸਿੰਘ ਜਿਹੜਾ ਡਰਗ ਐਨਫੋਰਸਮੈਂਟ ਦਾ ਡਿਪਟੀ ਡਾਇਰੈਕਟਰ ਉਹਦੀ ਟਰਾਂਸਫਰ ਕਰ ਦਿੱਤੀ ਚਾਰ ਸੀਟਾਂ ਇਹਨਾਂ ਨੂੰ ਦੇ ਦਿੱਤੀਆਂ ਇਹਨਾਂ ਦੇ ਬੰਦਿਆਂ ਨੂੰ ਦਿੱਲੀ ਦੇ ਵਿੱਚ ਔਰ ਪੰਜਾਬ 'ਚ ਆਪਣੀਆਂ ਰੈਲਿਸ ਕੈਨਸਲ ਕਰ ਦਿੱਤੀਆਂ ਫਿਰ ਉਹਨਾਂ ਨੇ ਦੇਖਿਆ ਵੀ ਨਾ ਤਿੰਨਾਂ ਦੇ ਇੰਪੈਕਟ ਦੀ ਦੇ ਵਿੱਚ ਜਿਹੜਾ ਮਯੂਸ ਕਾਮ ਹੈ ਉਹਨਾਂ ਨੇ ਚੌਥਾ ਕਾਰਡ ਕੱਢ ਲਿਆ ਔਰ ਜਥੇਦਾਰ ਆਨੰਦਗੜ੍ਹ ਦੀ ਜਿਹੜੀ ਬਰਖਾਸਤ ਗਈ ਹੈ ਉਹਦੇ ਲਈ ਪਹਿਲਾਂ ਕਿਵੇਂ ਜਿਹੜੇ 150 ਉਹਨਾਂ ਨੇ ਬਿਲਕੁਲ ਠੀਕ ਕੀਤਾ ਜੁੱਤੀ ਚੱਟ ਜਿਹੜੇ ਮੈਂਬਰ ਜਿਹਨੂੰ ਪਤਾ ਵੀ ਨਹੀਂ ਹੋਣਾ ਵੀ ਉਹਨਾਂ ਨੇ ਦਸਕਰ ਕਾਹਤੇ ਕਿ ਉਹ ਤਾਂ ਉਹਨਾਂ ਦੀ ਹੋਂਦ ਹੀ ਨਹੀਂ ਮੈਂਬਰ ਹੀ ਨਹੀਂ ਨੇ ਜੀ ਸੋ ਉਹਨਾਂ ਰਾਹੀਂ ਉਹਨਾਂ ਨੇ ਜਥੇਦਾਰ ਆਨੰਦਗੜ੍ਹ ਦਾ ਪਾਰਟ ਜਿਹੜਾ ਉਹ ਪਾਸੇ ਕਰ ਦਿੱਤਾ ਹੁਣ ਜਿਹੜਾ ਇਹਨਾਂ ਦਾ ਅਲਟੀਮੇਟ ਪ੍ਰੋਮਿਸ ਡਿਲੀਵਰ ਕਰਨਾ ਹੋਏਗਾ ਨਾਨਕਸ਼ਾਹੀ ਕੈਲੰਡਰ ਨੂੰ ਐਂਡ ਕਰਨਾ ਸਿਕਰਤ ਮਰਿਆਦਾ ਦੇ ਵਿੱਚ ਤਬਦੀਲੀ ਕਰਕੇ ਉਹਨਾਂ ਨੂੰ 1920ਵਿਆਂ ਤੋਂ ਪਹਿਲਾਂ ਉਦਾਸੀਆਂ ਔਰ ਮਹੰਤਾ ਨਿਰਮਲਿਆਂ ਦੀ ਮਰਿਆਦਾ ਬਣਾਉਣਾ ਔਰ ਇੱਕ ਸਰਟਨ ਦੀ 2004 ਦੇ ਵਿੱਚ ਜਿਹੜਾ ਹੁਕਮਨਾਮਾ ਕਾਲ ਤਖਤ ਤੋਂ ਸੀ ਕਿ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਤਾਲਮੇਲ ਨਾ ਕੀਤਾ ਜਾਏ ਉਸ ਨੂੰ ਵੀ ਜਿਹੜਾ ਇਹ ਉਹ ਚੇਂਜ ਕਰਵਾਉਣ ਵਾਲ ਜਾਣਗੇ ਜੀ ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਬਿਲਕੁਲ ਠੀਕ ਕਿ ਹਨੇਰੀ ਰਾਤ ਤੋਂ ਬਾਅਦ ਸਵੇਰਾ ਆਉਂਦਾ ਹੈ ਪਰੇਧ ਜਮ ਇੱਕ ਗੱਲ ਜ਼ਰੂਰ ਐਡ ਕਰਾਂਗਾ ਕਿ ਵੀ ਇਹ ਨਾ ਹੁਣ ਅਡੀਕਦੇ ਰਹੀ ਹੈ ਵੀ ਸਵੇਰਾ ਆਪਣੇ ਆਪ ਹੀ ਆ ਜਾਵੇ ਜੀ ਬਿਲਕੁਲ ਸੋ ਉਹਦੇ ਲਈ ਜਿਹੜਾ ਯਤਨ ਹੈ ਕਿ ਸੁਦਮ ਤੇ ਰਾਜ ਮਿਲੇ ਔਰ ਇਹ ਠੀਕ ਹੈ ਵੀ ਸਰਕਮਸਟਾਂਸਸ ਹਾਲਾਤ ਬਦਲਦੇ ਨੇ ਜਿਵੇਂ ਅਸੀਂ ਕੁਰਦਾਂ ਦੇ ਕੰਟੈਕਸਟ ਚ ਗੱਲ ਕੀਤੀ ਹੈ ਕਿ ਕਿਵੇਂ 100 ਸਾਲ ਪਹਿਲਾਂ ਇੱਕ ਜਿਹੜੀ ਕੌਮ ਚਾਰ ਹਿੱਸਿਆਂ ਚ ਡਿਵਾਈਡ ਹੋ ਕੇ ਚਾਰਾਂ ਥਾਵਾਂ ਤੇ ਪਰਸੀਕਿਊਟ ਹੋ ਰਹੀ ਸੀ ਇਹ ਸਾਰੇ ਪੀਰੀਅਡਸ ਲੱਖਾਂ ਕੁਰਦ ਮਾਰੇ ਗਏ ਲੱਖਾਂ ਇਰਾਕ ਨੇ ਮਾਰੇ ਸਦਾਮ ਹੁਸੈਨ ਨੇ ਲੱਖਾਂ 터ਕੀ ਨੇ ਮਾਰੇ ਇਰਾਨ ਚ ਵੀ ਵਿਚਾਰੇ ਦਬੇ ਕੁੱਟੇ ਰਹੇ ਸੀਰੀਆ ਦੇ ਵਿੱਚ ਵੀ ਕੋਈ ਉਹਨਾਂ ਦਾ ਬਹੁਤਾ ਚੰਗਾ ਹਾਲ ਨਹੀਂ ਸੀ ਲੇਕਿਨ ਉਹ ਵੀਲ ਘੁਮੇ 100 ਸਾਲ ਬਾਅਦ ਅੱਜ ਉਹ ਬਰਾਬਰ ਦੇ ਭਾਈਵਾਲ ਨੇ ਬਰਾਬਰ ਦੀ ਨੇਗੋਸ਼ੀਏਸ਼ਨ ਹੈ ਅਰਬਾਂ ਦੇ ਨਾਲ ਵੀ ਤੁਰਕਾਂ ਦੇ ਨਾਲ ਵੀ ਇਰਾਨੀਆਂ ਦੇ ਨਾਲ ਵੀ ਔਰ ਅਲਟੀਮੇਟਲੀ ਅੱਜ ਉਹ ਇੱਕ ਇੱਕ ਸਟੈਪ ਅਵੇ ਨੇ ਆਪਣੇ ਆਪ ਨੂੰ ਆਜ਼ਾਦ ਦੇਸ਼ ਬਣਾਉਣ ਦੇ ਨੇੜੇ ਸੋ ਸਾਡੇ ਲਈ ਵੀ ਇਹ ਜਿਹੜੀ ਇਸ ਕਿਸਮ ਦਾ ਜ਼ਬਰ ਕਹਿ ਰਿਹਾ ਹੈ ਆਰਐਸਐਸ ਦਾ ਜਿਵੇਂ ਦੀ ਇਹ ਪੋਲਰਾਈਜੇਸ਼ਨ ਕਰ ਰਹੇ ਨੇ ਜੀ ਬਹੁਤ ਤਬਦੀਲੀ ਤੇਜ਼ੀ ਦੇ ਨਾਲ ਹੋਏਗੀ ਔਰ ਸਾਡੀ ਓਪਰਚ्युनिटी ਰਾਉਂਡ ਦਾ ਕਾਰਨਰੀ ਹੈ ਜੀ ਔਰ ਇਸ ਫੇਸ ਦੇ ਨਾਲ ਹੀ ਪਰ ਸਾਨੂੰ ਖੁਦ ਵੀ ਉਸ ਦੇ ਵਿੱਚ ਯੋਗਦਾਨ ਪਾਣਾ ਪੈਗਾ ਅਸੀਂ ਸਿਰਫ ਸੇਬ ਦੇ ਦਰਖਤ ਦੇ ਥੱਲੇ ਮੂੰਹ ਅੜ ਕੇ ਨਾ ਬਹਿ ਜਾਈਏ ਕਿ ਉਤੋਂ ਸੇਬ ਡਿਗੇ ਤੇ ਸਿੱਧਾ ਛਿਲਕੇ ਮੂੰਹ 'ਚ ਪੈ ਜੀ ਤੁਹਾਨੂੰ ਤੋੜਨਾ ਵੀ ਪੈਗਾ ਛੱਲਣਾ ਵੀ ਪੈਗਾ ਆ ਖਾਣ ਲੱਗੇ ਵੀ ਦੰਦ ਲਾਣੇ ਪੈਣਗੇ ਨਹੀਂ ਤਾਂ ਮੂੰਹ ਜੀ ਰਹਿ ਜਾਣਾ ਜੀ ਜੀ ਬਿਲਕੁਲ ਸੋਹਣਾ ਦਾ ਮੇਜ ਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨੇ ਸਾਨੂੰ ਦਿੱਖਿਆ ਜੀ ਰਵ ਸੈਸ ਨਾਲ ਲੈਨੇ ਬ੍ਰੇਕ ਵੀਅਰਸ ਤੁਸੀਂ ਸਨ ਇਸ ਸਮੇਂ ਬਨੇ ਰਹੋ ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ